ਯਾਰ ਬਾਪੂ ਨੇ ਅੱਡ ਤੰਗ ਕਰ ਰੱਖਿਆ ਹੈਗਾ। ਚੰਗਾ ਬੰਟੀ ਮੈਂ ਚੱਲਦਾ ਯਾਰ। ਚੰਗਾ ਬਾਈ ਲਾਲੀ, ਚੱਲ ਫਿਰ। ਹੋਰ ਚਾਚਾ ਕਿਵੇਂ ਆ? ਉਹ ਠੀਕ ਆ ਬਾਈ ਮੇਜਰਾ। ਕਿਵੇਂ ਚਾਚਾ ਉਦਾਸ ਜਿਹਾ ਲੱਗ ਰਿਹਾ? ਉਹ ਕੁਝ ਨਹੀਂ ਪੁੱਤ ਮੇਜਰਾ, ਆ ਲਾਲੀ ਨੂੰ ਦੇਖਦਾ ਸਵੇਰ ਦਾ ਗਿਆ ਹੋਇਆ, ਇਹਨਾਂ ਦਾ ਦੁਖੀ ਕਰ ਛੱਡਿਆ ਮੈਨੂੰ ਨਸ਼ੇੜੀ ਪੁੱਤ ਨੇ। ਕੋਈ ਨਾ ਚਾਚਾ, ਕਿਉਂ ਦਿਲ ਡੇਗਦਾ ਹੈਗਾ, ਆ ਜਾਊਗਾ ਲਾਲੀ। ਉਹ ਮੇਜਰਾ ਬਾਹਰ ਕਾਹਨੂੰ ਖੜਾ ਜਾ, ਅੰਦਰ ਚੱਲਦੇ ਆ, ਕਰਦਾ ਦੁੱਖ ਸੁੱਖ ਕੋਈ। ਉਹ ਮੇਜਰਾ ਕੀ ਕਰਾਂ ਯਾਰ, ਸੌਲ ਕੇ ਮਾੜੀ ਲਾ ਦੇ ਲਹੂ ਪੀਰ ਕੇ, ਕਦੇ ਕਦੇ ਤਾਂ ਲੱਗਦਾ ਘਰ ਛੱਡ ਕੇ ਵਾਜਾ। ਚਾਚਾ ਤੈਨੂੰ ਮੈਂ ਇੱਕ ਰਾਇ ਦੇਵਾਂ। ਕਿਹੜੀ ਰਾਇ ਮੇਜਰਾ? ਚਾਚਾ ਤੂੰ ਲਾਲੀ ਦਾ ਵਿਆਹ ਕਰ ਦੇ, ਕੀ ਪਤਾ ਲਾਲੀ ਸੁਧਰੀ ਜਾਵੇ ਵਿਆਹ ਤੋਂ ਬਾਅਦ। ਉਹ ਕਿਹੜਾ ਕਰੂ ਇਹਨੂੰ ਨਸ਼ੇੜੀ ਨੂੰ ਰਿਸ਼ਤਾ? ਲੈ ਚਾਚਾ ਕਹਿ ਤਾਂ ਸਹੀ, ਮੈਂ ਕਰਾਉਣਾ ਲਾਲੀ ਨੂੰ ਰਿਸ਼ਤਾ, ਪਰ ਉਹ ਪਰ ਕੀ ਮੇਜਰਾ? ਚਾਚਾ ਮੇਰਾ ਮਾਣ ਤਾਣ ਕਰਨਾ ਪਊ। ਲਾ ਦੇਖ ਲੈ ਮੇਜਰਾ, ਐਂ ਟੱਕਿਆ ਰਹਿੰਦਾ ਸਾਰਾ ਦਿਨ, ਕੀ ਕਰੀਏ ਹੁਣ ਇਹਦਾ। ਕੋਈ ਨਾ ਚਾਚਾ, ਜਦੋਂ ਤੁਹਾਨੂੰ ਮੈਂ ਕਹਿ ਰਿਹਾ ਨਾ, ਆਪਾਂ ਲਾਲੀ ਦਾ ਰਿਸ਼ਤਾ ਝੱਟ ਮੰਗਣੀ ਪੱਟ ਵਿਆਹ ਕਰ ਦਾਂਗੇ। ਤੁਸੀਂ ਲਾਲੀ ਨੂੰ ਸਮਝਾ ਕੇ ਰੱਖਿਓ, ਕੱਲ੍ਹ ਨੂੰ ਮੈਂ ਕੁੜੀ ਵਾਲੇ ਲੈ ਕੇ ਆਊਂ, ਮੇਰਾ ਮਾਣ ਤਾਣ ਜ਼ਰੂਰ ਕਰ ਦਿਓ। ਬੇ ਪੁੱਤ ਮੈਂ ਇੱਧਰ ਆ, ਮੇਰੇ ਪੁੱਤ ਨੂੰ ਰਿਸ਼ਤਾ ਕਰਾ, ਤੋਲੇ ਦੀ ਛਾਂ ਪਾਓ ਪੁੱਤ ਤੈਨੂੰ। ਚਾਚੀ ਤੁਸੀਂ ਫਿਕਰ ਨਾ ਕਰੋ, ਕੁੜੀ ਵਾਲੇ ਤਾਂ ਮੈਂ ਕੱਲ੍ਹ ਨੂੰ ਲੈ ਆਊਂਗਾ, ਠੀਕ ਆ? ਰਿਸ਼ਤਾ ਤਾਂ ਸਮਝ ਲਓ ਹੋ ਗਿਆ। ਤੇਰੇ ਘਰਦਿਆਂ ਨੇ, ਤੇਰੇ ਬਾਪ ਨੇ ਤੇਰਾ ਵਿਆਹ ਵੀ ਕਰਤਾ, ਕਿਉਂ ਮਲੰਗਾ ਠੇਠਾ ਨਾਲ ਰਲਿਆ ਫਿਰਦਾ ਤੂੰ? ਕੀ ਕੱਢੇਗਾ ਨਸ਼ਿਆਂ ਚੋਂ? ਹੁਣ ਉਹਦੇ ਬਾਰੇ ਤਾਂ ਸੋਚ, ਜਿਹੜੀ ਲੜਕੀ ਤੇਰੇ ਮਗਰ ਲਾਈ ਹੈ, ਡੋਬੇਗਾ ਉਹਨੂੰ ਤੂੰ, ਕਿਉਂ ਉਹਦੀ ਕੀ ਜ਼ਿੰਦਗੀ ਬਰਬਾਦ ਕਰੇਗਾ? ਕੀ ਕੱਢੇਗਾ ਨਸ਼ਿਆਂ ਚੋਂ? ਇਹੋ ਜਿਹਾ ਠੇਠਰ ਵਿਚੋਲਾ ਜਿਹਨੇ ਤੇਰੇ ਬਾਤ ਪਾਤੀ, ਉਹ ਗੋਲੀਆਂ ਖਾਨਾ, ਦਾਰੂਆਂ ਪੀਨਾ, ਛੱਡ ਦਿਆ ਮਲੰਗ ਬੰਦਿਆਂ ਦੀ ਯਾਰੀ, ਕੁਛ ਨਹੀਂ ਧਰਿਆ ਪਿਆ, ਇਹਦਾ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰਤੇ, ਤੂੰ ਕਿਹੜੇ ਬਾਗ ਦੀ ਮੂਲੀ ਹੈ, ਸਮਝ ਜਾ, ਹਲੇ ਵੀ ਕੁਛ ਨਹੀਂ ਵਿਗੜਿਆ ਡੁੱਲੇ ਵੇਰਾਂ ਦਾ। ਚੱਲ ਯਾਰ, ਐਵੇਂ ਮੂਡ ਖਰਾਬ ਕਰਕੇ ਰੱਖਦਾ, ਆ ਜਾਂਦੇ ਨੇ ਵੱਡੇ ਸਲਾਹਕਾਰ, ਆ ਚੱਕ। ਸ਼ਰਾਬ ਪੀ ਰੱਖੀ ਆ, ਚੱਲ ਕੋਈ ਨੀ ਪੁੱਤ, ਅਭੀ ਕਿਸ ਦਿਨ ਲੈ ਚਲੋ ਆਪਾਂ।
ਥੋੜੇ ਇਹਨਾਂ ਨੂੰ ਸਵੇਰੇ ਪੁੱਛਦੀ ਆ। ਲਾਲੀ ਉੱਠੋ, ਖੜੇ ਹੋ ਜਾਓ, ਚਾਹ ਪੀ ਲਓ, ਉੱਠ ਜਾਓ, ਚਲੋ ਆ ਲਓ ਚਾਹ। ਲਾਲੀ ਤੁਹਾਨੂੰ ਇੱਕ ਗੱਲ ਪੁੱਛਾਂ? ਹਾਂ ਹਾਂ ਪੁੱਛੋ। ਆ ਕੀ ਹੈ ਤੁਹਾਡੀ ਜੇਬ ਵਿੱਚੋਂ ਨਿਕਲਿਆ? ਪਿੰਕੀ ਤੂੰ ਕੀ ਲੈਣਾ, ਤੂੰ ਆਪਣਾ ਕੰਮ ਕਰ। ਮੈਨੂੰ ਨਹੀਂ ਪਤਾ, ਮੈਨੂੰ ਦੱਸ ਕੇ ਜਾਓ ਇਹ ਕੀ ਹੈ। ਚੱਕ ਬੈਠਾ ਹੋਰ ਲਾਲੀ, ਭਰਜਾਈ ਦਾ ਕੀ ਹਾਲ ਹੈ? ਕਿਹੜੀਆਂ ਭਰਜਾਈਆਂ ਯਾਰ, ਤੂੰ ਪੈਗ ਪਾ ਯਾਰ, ਐਵੇਂ ਘਰਦਿਆਂ ਨੇ ਵਿਆਹ ਕਰਕੇ ਰੱਖਤਾ। ਚੱਲ ਠੀਕ ਆ ਲਾਲੀ, ਚੱਲਦੇ ਹਾਂ ਫਿਰ। ਉਹ ਬਹਿ ਜਾ ਬਹਿ ਜਾ, ਇੱਕ ਪੈਗ ਰਹਿੰਦਾ ਹੋਰ, ਲਾਸਟ ਹੀ ਹੈ, ਪਾ ਇੱਕ ਪੈਗ ਰਹਿ ਗਿਆ ਪਾ। ਲਾਲੀ ਲੱਗਦਾ ਡਿੱਗਿਆ ਹੋਇਆ, ਸੈਲ ਦਾ ਰੋਜ਼ ਦੀ ਕੰਮ ਹੋ ਰਿਹਾ, ਤਾਂ ਇਹਨੂੰ ਦੱਸ ਕੇ ਆਉਣਾ, ਬੁੜੇ ਬੰਦੇ ਦਾ ਲਹੂ ਪੀ ਰੱਖਿਆ ਇਹਨੇ ਵੀ। ਤਾਇਆ ਆਪਣਾ ਲਾਲੀ ਖੇਲ ਡਿੱਗਿਆ ਪਿਆ। ਉਹ ਕਿੱਥੇ? ਉਹ ਪਹੇ ਚ। ਚੱਲ ਛੇਤੀ ਲੈ ਕੇ ਜੀ, ਚੱਲ। ਆਹ ਤਾਇਆ ਜਿੰਦਗੀ ਲੱਕਿਆ ਪਿਆ, ਸਾਲੇ ਦਾ ਵਿਆਹ ਕਰਿਆ ਵੀ ਚੱਲ ਸੁਧਰ ਜੂ, ਸੁਧਰ ਜੂ, ਇਹ ਨਹੀਂ ਸੁਧਰਦਾ ਮੇਰੇ ਪਲੇ ਨੇ ਲਹੂ ਵੀ ਲੈ। ਪਾਪਾ ਤੁਸੀਂ ਇਹ ਕੀ ਕਰ ਦਿੱਤਾ, ਮੈਨੂੰ ਕਿੱਥੇ ਡੋਬਤਾ? ਜਿਹੜਾ ਤੁਸੀਂ ਮੇਰੇ ਲਈ ਮੁੰਡਾ ਲੱਭਿਆ ਉਹ ਤਾਂ ਸਾਰਾ ਦਿਨ ਨਸ਼ੇ ਨਾਲ ਡੱਕਿਆ ਰਹਿੰਦਾ। ਪਾਪਾ ਮੈਂ ਨਹੀਂ ਰਹਿਣਾ ਇਸ ਨਸ਼ੇੜੀ ਦੇ, ਮੈਨੂੰ ਤਾਂ ਆ ਕੇ ਜਲਦੀ ਲੈ ਜਾਓ। ਕੋਈ ਗੱਲ ਨਹੀਂ ਧੀਏ, ਰੋ ਨਾ, ਮੈਂ ਕਰਦਾ ਗੱਲ।
ਹੈਲੋ ਹੈਲੋ ਓਏ ਮੇਜਰਾ। ਕੌਣ ਜੀ? ਮੱਗਰ ਬੋਲਦਾ। ਹਾਂ ਮੱਗਰ ਸਿੰਘ ਜੀ। ਓਏ ਮੈਂ ਲਾਲੀ ਦੇ ਘਰ ਆਇਆ ਹੋਇਆ ਸੀ, ਮਾੜਾ ਜਿਹਾ ਉਰੇ ਆ ਕੇ ਜਾ ਯਾਰ, ਕੰਮ ਆ। ਅੱਛਾ, 5 ਮਿੰਟ ਜੀ ਆ ਗਿਆ ਤੁਹਾਡੇ ਕੋਲ ਜੀ। ਹਾਂ ਹੁਣੇ ਆ ਜੀ। ਠੀਕ ਹੈ ਠੀਕ ਹੈ ਜੀ, ਓਕੇ ਠੀਕ ਹੈ। ਮੱਗਰ ਸਿੰਘ ਜੀ ਕਿਵੇਂ ਹੋ, ਕੀ ਹੋਇਆ? ਓਏ ਆਹ ਤੂੰ ਕੀ ਕੀਤਾ ਮੇਜਰਾ, ਤੂੰ ਤਾਂ ਕਹਿੰਦਾ ਸੀ ਮੁੰਡਾ ਕੋਈ ਨਸ਼ਾ ਨਹੀਂ ਕਰਦਾ, ਆਹ ਦੇਖ ਲਾ ਤੇਰਾ ਲੱਭਿਆ ਹੋਇਆ ਨਸ਼ੇੜੀ। ਓਏ ਮੇਜਰਾ, ਧੀਆਂ ਭੈਣਾਂ ਦਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਤੈਂ ਮੇਰੀ ਧੀ ਦੀ ਜ਼ਿੰਦਗੀ ਰੋਲਦੀ। ਮੱਗਰ ਸਿੰਘ, ਲਾਲੀ ਵਿਆਹ ਤੋਂ ਪਹਿਲਾਂ ਘੱਟ ਹੀ ਕਰਦਾ ਨਸ਼ੇ, ਸਾਨੂੰ ਤਾਂ ਐਂ ਸੀ ਵੀ ਸੁਧਰ ਜੂ, ਚੱਲ ਵਿਆਹ ਕਰਾ ਦਈਏ ਇਹਦਾ। ਚਲੋ ਬਾਪਾ ਜੀ, ਮੈਂ ਨਹੀਂ ਹੁਣ ਰੁਕਣਾ ਇਸ ਨਸ਼ੇੜੀ ਦੇ ਇੱਕ ਮਿੰਟ ਵੀ, ਚਲੋ ਮੈਨੂੰ ਲੈ ਚਲੋ ਇੱਥੋਂ। ਮੱਗਰ ਸਿੰਘ ਜੀ, ਮੇਰੀ ਗੱਲ ਤਾਂ ਸੁਣੋ ਜੀ। ਬਸ ਮੇਜਰਾ, ਹੁਣ ਨਹੀਂ ਕੁਛ ਰਿਹਾ ਸੁਣਨ ਸੁਣਾਉਣ ਨੂੰ, ਹੁਣ ਤਾਂ ਗੱਲ ਕਚਹਿਰੀਆਂ ਥਾਣਿਆਂ 'ਚ ਨਿਬੜੂ। ਚੱਲ ਧੀਏ, ਚੱਲ ਚੱਲੀਏ। ਕੀ ਕਹਿਣਗੇ, ਮੈਂ ਕੀ ਮੂੰਹ ਦਿਖਾਉਂ ਲੋਕਾਂ ਨੂੰ, ਮੈਂ ਤਾਂ ਸੋਚਿਆ ਨਹੀਂ ਸੀ ਇਹ। ਚੰਗਾ ਬੜਾ ਮੁੰਡਾ ਚਵੀਆਂ ਦਾ ਹੋਲਿਆ, ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋਲਿਆ। ਸਤਿ ਸ਼੍ਰੀ ਅਕਾਲ ਜੀ, ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਨੌਜਵਾਨ ਮੁੰਡੇ ਨਸ਼ੇ ਤੋਂ ਦੂਰ ਰਹਿ ਸਕਣ। ਤੁਸੀਂ ਦੇਖ ਹੀ ਚੁੱਕੇ ਹੋ ਨਸ਼ੇ ਦੀ ਹਾਲਤ ਵਿੱਚ ਕਿੱਦਾਂ ਘਰ ਬਰਬਾਦ ਹੋ ਜਾਂਦੇ ਨੇ। ਸੋ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਨਸ਼ਿਆਂ ਤੋਂ ਦੂਰ ਰਹਿਣ, ਇਹ ਜ਼ਿੰਦਗੀ ਬਹੁਤ ਕੀਮਤੀ ਹੈ, ਦੁਬਾਰਾ ਨਹੀਂ ਮਿਲਦੀ ਹੈਗੀ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਵੀਡੀਓ ਕਿੱਦਾਂ ਦੀ ਲੱਗ ਰਹੀ ਸਾਨੂੰ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।